ਨਿਹੰਗ ਸਾਨੂੰ ਇਉਂ ਕਹਿੰਦੇ ਨੇ, ਨਿਹੰਗ ਕਹਿੰਦੇ ਨੇ ਮਗਰਮੱਛ ਨੂੰ ਔਰ ਬਾਬਰ ਸ਼ੇਰ ਨੂੰ। ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਬਰ ਸ਼ੇਰ ਹਾਂ, ਮਗਰਮੱਛ ਹਾਂ ਜੰਗ ਦੇ ਮੈਦਾਨ ਵਿੱਚ, ਇਸ ਕਰਕੇ ਅਸੀਂ ਗੁਰੂ ਕੇ ਨਿਹੰਗ ਆ। ਇਹ ਹੰਗ ਹੰਗਤਾ ਤੋਂ ਰਹਿਤ, ਕਾਮ ਕ੍ਰੋਧ ਲੋਭ ਮੋਹ ਤੋਂ ਰਹਿਤ, ਦੁਈ ਦਵੈਤ ਤੋਂ ਰਹਿਤ, ਲੱਭ ਤੋਂ ਹੰਕਾਰ ਤੋਂ ਰਹਿਤ। ਮਨ ਹੈ ਬਸ, ਮਨ ਮਰ ਜਾਂਦਾ ਸਾਧ ਮੰਨਣਾ ਪੈਂਦਾ, ਜਿਵੇਂ ਕੋਈ ਸਾਧੂ ਆ, ਸਾਧ ਕੇ ਰੇਖ ਬਣ ਜੂ, ਸਾਧੀਆਂ ਸਿੱਖ ਰੱਖਦੇ ਹੋ, ਸਾਡੇ ਚ ਕੀ ਫਰਕ ਹੈ? ਨਾ ਅਸੀਂ ਕਿਤੇ ਆਏ ਦੇਖਣਾ ਵੀ ਇੱਥੇ ਮੰਜਾ ਮਿਲੂ ਜਾਂ ਨਾ ਮਿਲੂ, ਮੰਜੇ ਸਾਡੇ ਕੋਲ ਕਿੱਥੇ ਹੁੰਦੇ? ਜਿੱਥੇ ਪੈ ਗਏ ਪੈ ਗਏ, ਜਗ੍ਹਾ ਮਿਲ ਗਈ, ਆਸਣ ਨਾਲ ਨਹੀਂ ਪੈ ਗਿਆ। ਮਨ ਹੈ ਪਹਿਲਾਂ ਬਾਬਾ ਜੀ ਮਨ ਮਾਰੋ, ਤਨ ਜੋ ਟੇਕੋ ਮੁਕਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ, ਦੇਹਿਆ ਨਿਤ ਨਾ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ, ਤੀਜ ਤਾਂ ਮਨਾ ਇਹ ਤਾਂ ਬੁੱਧ ਸੋ ਦੀਪ ਜਿਉ ਜਿਆਰੈ, ਗਿਆਨੈ ਕੀ ਬੜਨੀ ਮਨੁ ਹਾਥ ਲੈ, ਕਾਤਰ ਦਾ ਕੁਤਬਾਰ ਬਹਾਰ ਹੈ। ਜਦੋਂ ਬਾਹਰਲੇ ਦੁਸ਼ਮਣਾਂ ਨੂੰ ਤੇ ਜ਼ੁਲਮ ਜ਼ਾਲਮਾਂ ਨੂੰ ਨਾਸ਼ ਕਰਨ ਵਾਸਤੇ ਸ੍ਰੀ ਸਾਹਿਬ ਗੁਰੂ ਮਹਾਰਾਜ ਨੇ ਖਾਲਸੇ ਪੰਥ ਨੂੰ ਧਾਰਨ ਕਰਾਈ ਹੈ, ਇਸ ਤਰ੍ਹਾਂ ਗਿਆਨ ਦੀ ਤਲਵਾਰ ਆਪਣੇ ਹਿਰਦੇ ਵਿੱਚ ਧਾਰਨ ਕਰਕੇ, ਜਿਹੜੇ ਸਰੀਰ ਦੇ ਕਾਮ ਕ੍ਰੋਧ ਲੋਭ ਸਰੀਰ ਨੂੰ ਨਾਸ਼ ਕਰਨ ਵਾਲੇ ਹਨ, ਇਹਨਾਂ ਦਾ ਗਿਆਨ ਰੂਪੀ ਤਲਵਾਰ ਨੂੰ ਨਾਸ਼ ਕਰਨ ਵਾਸਤੇ ਗੁਰੂ ਮਾਤਾ ਦਾ ਹੁਕਮ ਹੈ। ਗੁਰੂ ਕੇ ਸਿੱਖਾਂ ਨੂੰ ਸਾਰਿਆਂ ਨੇ ਪਿਆਰ, ਕੋਈ ਐਸੀ ਗੱਲ ਨਹੀਂ ਹੁੰਦਾ ਵੀ ਜਾਣਿਆ। ਗੁਰੂ ਕਾ ਸਿੱਖ ਜਿਹੜਾ ਉਹ ਕਿਸੇ ਨਾਲ ਹੀ ਵਿਰੋਧ ਨਹੀਂ ਕਰਦਾ, ਉਹ ਤਾਂ ਸਾਰਿਆਂ ਨੂੰ ਇੱਕ ਹੀ ਸਮਝਦਾ ਵੀ ਜਿਵੇਂ ਮਾਨਸਿਕ ਜਾਤ ਸਭ ਮਾਨਸਿਕ ਪਹਿਚਾਣ, ਮਨੁੱਖ ਦੀ ਜਾਤ ਮਨੁੱਖ ਹੀ ਹੁੰਦਾ। ਖਾਲਸਾ ਸ਼ਾਂਤੀ ਦਾ ਪੁਜਾਰੀ ਹੈ, ਖਾਲਸੇ ਦੇ ਅੰਦਰ ਸਭ ਨਾਲ ਪਿਆਰ ਹੈ, ਖਾਲਸਾ ਸਭ ਦਾ ਸੰਗੀ ਹੈ, ਸਾਥੀ ਹੈ। ਉਹ ਗਰੀਬ ਦੀ ਰੱਖਿਆ ਕਰਨ ਵਾਸਤੇ ਆ, ਗਊ ਗਰੀਬ ਦੀ ਰੱਖਿਆ ਕਰਨ ਵਾਸਤੇ ਆ, ਜਿੱਥੇ ਕੋਈ ਜ਼ੁਲਮ ਹੁੰਦਾ ਉੱਥੇ ਜ਼ੁਲਮ ਨਾਲ ਟੱਕਰ ਲੈਣ ਵਾਸਤੇ ਆ। ਮਰਜ਼ਾਦਾ ਗੁਰੂ ਨਾਨਕ ਦੀ ਜਦੀ ਆ ਰਹੀ ਹੈ, ਜਿਵੇਂ ਗੁਰੂ ਨਾਨਕ ਜੀ ਆਏ ਤੇ ਉਹਨਾਂ ਨੂੰ ਕਿਹਾ ਜੀ ਤੁਸੀਂ ਜਨੇਊ ਪਾਓ, ਤੇ ਮਰ ਗਿਆ ਜਨੇਊ ਪਾਉਣ ਦਾ ਕੀ ਫਾਇਦਾ? ਦਇਆ ਕਪਾਹ ਸੰਤੋਖ ਸੂਤ, ਮਰ ਗਿਆ ਦਇਆ ਚਾਹੀਦੀ ਹੈ, ਕਪਾਹ ਤਾਂ ਜਿੱਥੇ ਸੰਤੋਖ ਜੋ ਸੂਤ ਆ ਉਸਦਾ ਸੰਤੋਖ ਹੋਣਾ ਚਾਹੀਦਾ, ਸੰਤੋਖੀ ਹੋਣਾ ਚਾਹੀਦਾ। ਤੇ ਜਦੋਂ ਉਹ ਜਨੇਊ ਨੂੰ ਜ਼ਬਰਦਸਤੀ ਉਹ ਰੰਗ ਜਿਹਾ ਲਾਉਣ ਲੱਗਾ ਤੇ ਗੁਰੂ ਤੇਗ ਬਹਾਦਰ ਨੇ ਕਿਹਾ ਮੈਂ ਨਹੀਂ ਲੈਣ ਦੇਣਾ, ਜ਼ਬਰਦਸਤੀ ਨਹੀਂ ਹੋਣ ਦੇਣੀ। ਕਹਿੰਦਾ ਭਾਵ ਲੜਾਈ ਲੜਨੀ ਹੈ ਧਰਮ ਤੇ, ਧਰਮ ਤੇ ਦੀਨ ਮਝ ਗਿਆ, ਹਮ ਅਕਾਲੀ ਸਭ ਕੇ ਵਾਲੀ, ਮਰ ਗਿਆ ਇਹ ਅਕਾਲੀ ਬਾਣਾ ਹੈ ਸਭ ਕਾ ਵਾਲੀ ਹੈ, ਕਿਸੇ ਧਰਮ ਦੇ ਵੀ ਧੱਕਾ ਨਾ ਹੋਵੇ, ਹਮ ਅਕਾਲੀ ਸਭ ਕੇ ਵਾਲੀ, ਹਮਰਾ ਪੰਥ ਨਿਆਰਾ ਹੈ, ਨਿਆਰਾ ਪੰਥ ਆ ਤੇ ਮਤਲਬ ਇਹ ਧਰਮ ਦੇ ਲੜਨ ਵਾਲਾ, ਕਿਸੇ ਦੇ ਨਾਲ ਧੱਕਾ ਨਾ ਹੋਵੇ। ਕਹਿੰਦਾ ਬਾਬ ਜਿੱਥੇ ਧਰਮ ਦੀ ਲੋੜ ਪੈ ਧਰਮ ਤੇ ਜੂਝਣ ਵਾਸਤੇ ਹੈ, ਬਾਕੀ ਕਿਸੇ ਦਾ ਬੁਰਾ ਭਲਾ ਨਹੀਂ, ਸਭ ਦਾ ਸਰਬੱਤ ਦੇ ਭਲੇ ਵਾਸਤੇ ਇਹ ਮਹਾਰਾਜ ਸਾਜਣਾ ਪੰਥੀ ਕੀਤੀ ਹੈ। ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਦੁਸ਼ਟ ਕੋ ਪਾਲੇ, ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹੋਏ ਆ ਗਏ, ਖਾਲਸਾ ਸੋਏ ਪ੍ਰਤਿਸ਼ਟ ਤੇ ਆ ਗਏ, ਖਾਲਸਾ ਸੋਏ ਨਾਮ ਰਤ ਲਾ ਗਏ, ਖਾਲਸਾ ਸੋਏ ਗੁਰੂ ਹਿਤ ਲਾਵੇ, ਖਾਲਸਾ ਸੋਏ ਸਾਰ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਣਾ ਦੀਨ ਦੁਖੀ ਦੀ ਰੱਖਿਆ ਅਤੇ ਇਨਸਾਫ ਦੀ ਬੁਲੰਦੀ ਲਈ ਕੀਤੀ ਸੀ। ਇਸੇ ਇਤਿਹਾਸਕ ਪ੍ਰਕਿਰਿਆ ਵਿੱਚ ਨਿਹੰਗ ਖਾਲਸੇ ਦਾ ਵਿਸ਼ੇਸ਼ ਰੂਪ ਬਣ ਕੇ ਉਭਰੇ। ਸਿੱਖ ਸਮਾਜ ਦੇ ਮਹਾਨ ਸੇਵਕ ਨਵਾਬ ਕਪੂਰ ਸਿੰਘ ਨੇ ਨਿਹੰਗ ਸਿੰਘਾਂ ਦੇ ਦੋ ਦਲ ਬਣਾ ਦਿੱਤੇ ਸਨ, ਇੱਕ ਨੂੰ ਉਹਨਾਂ ਬਾਬਾ ਬੁੱਢਾ ਦਲ ਕਿਹਾ ਤੇ ਦੂਸਰੇ ਨੂੰ ਤਰੁਣਾ ਦਲ। ਤਰੁਣਾ ਦਲ ਨੌਜਵਾਨਾਂ ਦੀ ਸ਼ਕਤੀ ਨੂੰ ਏਕਾਗਰ ਕਰਕੇ ਗਰੀਬ ਗੁਰਬੇ ਦੀ ਰੱਖਿਆ ਕਰਦਾ ਸੀ ਅਤੇ ਮੁਗਲ ਰਾਜ ਦੇ ਜ਼ੁਲਮਾਂ ਦੇ ਵਿਰੁੱਧ ਡਟ ਜਾਂਦਾ ਸੀ। ਇਸੇ ਦਲ ਨੇ ਅਮਨ, ਇਨਸਾਫ ਅਤੇ ਧਰਮ ਦੀ ਰੱਖਿਆ ਲਈ ਯੁੱਧ ਕੀਤਾ। ਬੁੱਢਾ ਦਲ ਇਸ ਜੋਸ਼ ਨੂੰ ਹੋਸ਼ ਦਿੰਦਾ ਸੀ। ਨਿਰਧਨ ਦਾ ਪਾਲਣ ਅਤੇ ਦੁਸ਼ਮਣ ਦਾ ਮੁਕਾਬਲਾ ਦੋਹਾਂ ਦਲਾਂ ਦਾ ਸਾਂਝਾ ਟੀਚਾ ਸੀ। ਜਿੱਥੇ ਬੁੱਢਾ ਦਲ ਸਿੱਖ ਸਿਧਾਂਤ ਦੀ ਰੱਖਿਆ ਕਰਦਾ ਸੀ, ਉੱਥੇ ਤਰੁਣਾ ਦਲ ਸਿੱਖ ਵਿਹਾਰ ਨੂੰ ਅੱਗੇ ਤੋਰਦਾ ਸੀ।